ਸਿਲੰਡਰ ਵੀ ਬਹੁਤ ਮਹਿੰਗੇ ਕਰ ਦਿੱਤੇ ਆ ਤੇ ਸਿਲੰਡਰ ਇੱਕ ਮੇਨ ਚੀਜ਼ ਬਣ ਚੁੱਕੀ ਆ ਹਰ ਘਰ ਦੇ ਵਿੱਚ। ਜਿਵੇਂ ਅੱਜ ਕੱਲ ਲੋਕੀ ਦੇਸੀ ਚੁੱਲ੍ਹਿਆਂ ਨੂੰ ਵੀ ਛੱਡ ਚੁੱਕੇ ਆ, ਸੋ ਸਿਲੰਡਰ ਦੇ ਉੱਤੇ ਹੀ ਆਪਣਾ ਰੋਟੀ ਪਾਣੀ ਸਾਰਾ ਕੁਝ ਬਣਾਉਂਦੇ ਆ। ਜਦੋਂ 1 ਮਿੰਟ ਮੰਨ ਲਓ ਸਿਲੰਡਰ ਖਤਮ ਹੋ ਗਿਆ ਤੇ ਤੁਹਾਡਾ ਚੁੱਲ੍ਹਾ ਉੱਥੇ ਬੰਦ ਹੋ ਜਾਣਾ, ਤਵਾ ਵੀ ਤੁਹਾਡਾ ਠੰਡਾ ਹੋ ਜਾਊਗਾ। ਜਦੋਂ ਫੇਰ ਦੁਬਾਰਾ ਆਊਗਾ ਸਿਲੰਡਰ, ਫੇਰ ਉਹ ਜਿਹੜੀ ਚੀਜ਼ ਚੱਲਦੀ ਆ। ਸੋ ਸਿਲੰਡਰ ਜਿਹੜਾ 1,000 ਦਾ ਹੋ ਚੁੱਕਾ ਸੀ, ਵੈਸੇ ਹੁਣ ਥੋੜਾ ਜਿਹਾ ਫੇਰ ਸਸਤਾ ਆਇਆ ਵਾ, ਪਰ ਆਪਾਂ ਉਹਦਾ ਹੱਲ ਕੱਢ ਲਿਆ ਕਿ ਆਪਾਂ ਨੂੰ ਇੰਨਾ ਮਹਿੰਗਾ ਸਿਲੰਡਰ ਲੈਣ ਦੀ ਜ਼ਰੂਰਤ ਨਹੀਂ ਆ। ਉਹ ਕਿਹੜਾ ਆਪਾਂ ਹੱਲ ਕੱਢਿਆ ਵਾ, ਉਹ ਵੀ ਆਪਣਾ ਸਰਕਾਰ ਵੱਲੋਂ ਹੀ। ਜਿਵੇਂ ਇੱਧਰ ਜੇ ਸਿਲੰਡਰ ਮਹਿੰਗੇ ਹੋਏ ਨੇ ਤੇ ਉੱਧਰ ਸਰਕਾਰ ਨੇ ਜਿਵੇਂ ਆਪਾਂ ਨੂੰ ਇੱਕ ਬਹੁਤ ਹੀ ਵੱਡੀ ਜਿਹੜੀ ਆ ਉਹ ਰਹਿਤ ਦਿੱਤੀ ਆ, ਉਹ ਹੈਗੀ ਆ ਜੀ ਬਿਜਲੀ ਦੀ ਰਹਿਤ, ਜਿਹੜੀ ਕਿ ਆਪਾਂ ਨੂੰ 600 ਯੂਨਿਟ ਆਪਾਂ ਨੂੰ ਹਰ ਇੱਕ ਘਰ ਨੂੰ ਮਾਫ ਕੀਤੇ ਹੋਏ ਉਹਨਾਂ ਨੇ। ਸੋ ਉਹਦਾ ਫਾਇਦਾ ਆਪਾਂ ਚੱਕਦੇ ਹੋਏ ਆਪਾਂ ਲੈ ਕੇ ਆਏ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੱਕ ਇੰਡਕਸ਼ਨ ਜਿਹੜਾ ਇਹ ਚੁੱਲ੍ਹਾ, ਇਹ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਇਹ ਜਿਹੜਾ ਇੰਡਕਸ਼ਨ ਚੁੱਲ੍ਹਾ ਵਾ, ਇਹ ਆਪਾਂ ਲੈ ਕੇ ਆਏ। ਇਹਦੇ ਉੱਤੇ ਤੁਸੀਂ ਕੋਈ ਵੀ ਚੀਜ਼ ਬਣਾ ਸਕਦੇ ਹੋ, ਸਾਰਾ ਤੁਸੀਂ ਅੱਗੇ ਵੀਡੀਓ 'ਚ ਵੀ ਦੇਖੋਗੇ ਵੀ ਅਸੀਂ ਇਹਦੇ ਉੱਤੇ ਹਰ ਇੱਕ ਮੇਨ ਗੱਲ ਇਹਦੀ ਪਤਾ ਕਿ ਚੁੱਲ੍ਹੇ ਦੀ ਕੀ ਆ, ਇੱਕ ਇੰਡਕਸ਼ਨ ਚੁੱਲ੍ਹੇ ਜਿਹੜੇ ਚੱਲਦੇ ਸੀਗੇ ਉਹਦੇ ਉੱਤੇ ਜਿਵੇਂ ਉਹ ਕੀ ਕਹਿੰਦੇ ਉਹਦੇ ਭਾਂਡੇ ਵੱਖਰੇ ਹੁੰਦੇ ਸੀਗੇ, ਵੀ ਉਹ ਭਾਂਡੇ ਹੀ ਉਹਦੇ ਉੱਤੇ ਚੱਲਣਗੇ, ਨਹੀਂ ਅਦਰਵਾਇਜ਼ ਕੋਈ ਵੀ ਉਹਦੇ ਉੱਤੇ ਭਾਂਡਾ ਦੂਸਰਾ ਨਹੀਂ ਚੱਲਦਾ ਸੀਗਾ। ਸਾਡੀ ਬੜੇ ਚਿਰ ਦੀ ਇਹ ਭਾਲ ਸੀਗੀ ਕਿ ਸਾਨੂੰ ਉਹ ਮਿਲੇ ਇੰਡਕਸ਼ਨ ਚੁੱਲ੍ਹਾ ਜਿਹਦੇ ਉੱਤੇ, ਕਿਉਂਕਿ ਅਸੀਂ ਤੁਹਾਨੂੰ ਪਤਾ ਵਾ ਸਾਰੇ ਦੇਸੀ ਭਾਂਡੇ ਵਰਤਦੇ ਆ, ਪਿੱਤਲ ਦੇ ਭਾਂਡੇ ਹੋ ਗਏ, ਚਾਹੇ ਉਹ ਮਿੱਟੀ ਦੇ ਭਾਂਡੇ ਹੋ ਗਏ, ਲੋਹੇ ਦੇ ਭਾਂਡੇ ਹੋ ਗਏ, ਸੋ ਉਹ ਸਾਰੇ ਹੀ ਇਸ ਚੁੱਲ੍ਹੇ ਦੇ ਉੱਤੇ ਜਿਹੜੇ ਆਪਾਂ ਵਰਤ ਸਕਦੇ ਆ। ਤੇ ਇਹ ਆਪਾਂ ਨੂੰ ਆਇਆ ਕਿੰਨੇ ਦਾ ਵਾ, ਇਹ ਕੰਮ ਕਿੱਦਾਂ ਕਰਦਾ, ਆਪਾਂ ਅੱਗੇ ਸਾਰਾ ਵੀਡੀਓ 'ਚ ਤੁਹਾਨੂੰ ਦੱਸਾਂਗੇ। ਮੇਨ ਆਪਾਂ ਤੁਹਾਨੂੰ ਗੱਲ ਦੱਸਦੇ ਆ ਕਿ ਬਹੁਤ ਹੀ ਫਾਇਦੇਮੰਦ ਸੌਦਾ ਵਾ, ਤੁਸੀਂ ਇਹਨੂੰ ਲੈ ਕੇ ਆਓਗੇ ਘਰੇ। ਜੇ ਇੱਕ ਤਾਂ ਤੁਸੀਂ ਮਹਿੰਗੇ ਸਿਲੰਡਰ ਤੋਂ ਬਚਦੇ ਹੋ, ਦੂਜਾ ਇਹ ਆ ਵੀ ਕੰਮ ਸਿਲੰਡਰ ਨਾਲੋਂ ਵੀ ਜਲਦੀ ਇੱਥੇ ਹੋ ਜਾਂਦਾ ਵਾ। ਤੁਸੀਂ ਵਰਤ ਕੇ ਦੇਖੋਗੇ ਤੁਸੀਂ ਖੁਸ਼ ਹੋ ਜਾਓਗੇ ਵੀ ਅਸੀਂ ਸਿਲੰਡਰ ਨਾਲ ਐਵੇਂ ਮੱਥਾ ਮਾਰਦੇ ਰਹੇ ਹਾਂ, ਕਿਤੇ ਲਾਈਟ ਗਈ ਤੇ ਤੁਹਾਨੂੰ ਦਿੱਕਤ ਪ੍ਰੋਬਲਮ ਆਊਗੀ। ਅਦਰਵਾਈਜ਼ ਅੱਜ ਕੱਲ ਤੇ ਹੁਣ ਰਿਵਾਜ ਵੀ ਨਹੀਂ ਰਹਿ ਗਿਆ, ਜਿਵੇਂ ਪੰਜਾਬ 'ਚ ਅੱਗੇ ਬਹੁਤ ਲਾਈਟ ਜਾਂਦੀ ਸੀ, ਕੱਟ ਲੱਗਦੇ ਸੀਗੇ, ਉਹ ਜਿਹੜੀ ਦਿੱਕਤ ਆ ਉਹ ਹੁਣ ਖਤਮ ਹੋਈ ਆ। ਸੋ ਇਸ ਕਰਕੇ ਤੁਸੀਂ ਇਸ ਚੁੱਲ੍ਹੇ ਦਾ ਇਸਤੇਮਾਲ ਕਰ ਸਕਦੇ ਹੋ। ਅੱਗੇ ਤੁਸੀਂ ਵੀਡੀਓ 'ਚ ਵੇਖੋਗੇ ਵੀ ਆਪਾਂ ਕਿਹੜਾ ਕਿਹੜਾ ਭਾਂਡਾ ਇਹਦੇ ਉੱਤੇ ਇਸਤੇਮਾਲ ਕੀਤਾ ਵਾ, ਬੜੇ ਆਰਾਮ ਨਾਲ ਆਪਾਂ ਇਹਤੇ ਕੰਮ ਕਰ ਸਕਦੇ ਹਾਂ। ਖਾਣਾ ਬਹੁਤ ਜਲਦੀ ਬਣ ਜਾਂਦਾ, ਕੰਮ ਵੀ ਬਹੁਤ ਜਲਦੀ ਹੋ ਜਾਂਦਾ, ਤੇ ਜਿੱਥੇ ਮਰਜ਼ੀ, ਮੇਨ ਚੀਜ਼ ਆ ਤੁਸੀਂ ਇਹਨੂੰ ਜਿੱਥੇ ਮਰਜ਼ੀ ਚੁੱਕ ਕੇ ਲਾ ਸਕਦੇ ਹੋ। ਜਿੱਥੇ ਤੁਹਾਡਾ ਪਲੱਗ ਆ, ਬਹੁਤ ਹੀ ਹਲਕਾ ਜਿਹਾ ਜਿਹੜਾ ਸਮਾਨ ਆ, ਵੀ ਐ ਨਹੀਂ ਵੀ ਇਹਨੂੰ ਚੁੱਕਿਆ ਨਹੀਂ ਜਾ ਸਕਦਾ, ਬੜੇ ਆਰਾਮ ਨਾਲ ਤੁਸੀਂ ਇਹਨੂੰ ਛੱਤ ਤੇ ਵੀ ਜਿਵੇਂ ਧੁੱਪੇ ਖੜ ਕੇ ਰੋਟੀ ਪਾਣੀ ਬਣਾ ਸਕਦੇ ਹੋ। ਅੱਜ ਕੱਲ੍ਹ ਸਰਦੀਆਂ ਵਾ, ਜਿਵੇਂ ਥੱਲੇ ਬੀਬੀਆਂ ਵਿਚਾਰੀਆਂ ਰਸੋਈ ਦੇ ਵਿੱਚ ਲੱਗੀਆਂ ਰਹਿੰਦੀਆਂ, ਜਿਨ੍ਹਾਂ ਤੋਂ ਚੁੱਲ੍ਹੇ ਨਹੀਂ ਹੈਗੇ ਖਾਸ ਕਰਕੇ, ਉਹ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ। ਕਿਤੇ ਵੀ ਜਾ ਕੇ ਛੱਤ ਤੇ ਰੱਖੋ, ਕਮਰੇ 'ਚ ਰੱਖੋ, ਕਿਚਨ 'ਚ ਰੱਖੋ, ਕਿਤੇ ਵੀ ਤੁਸੀਂ ਇਹਦਾ ਇਸਤੇਮਾਲ ਕਰਕੇ ਤੇ ਖਾਣਾ ਆਪਣਾ ਬਣਾ ਸਕਦੇ ਹੋ। ਹੁਣ ਜਿਹੜੀ ਮੇਨ ਚੀਜ਼ ਆਊਗੀ, ਹੁਣ ਇੱਥੇ ਸਵਾਲ ਆਉਣਗੇ ਕਿ ਮੈਡਮ ਫਿਰ ਸਾਡਾ ਜਿਹੜਾ ਵਾ ਉਹ ਯੂਨਿਟਾਂ, ਯਾਨੀ ਕਿ 32 ਜ਼ਿਆਦੀ ਬਲ ਜੂਗੀ, ਯੂਨਿਟਾਂ ਓਵਰ ਹੋ ਜਾਣਗੀਆਂ ਤੇ ਸਾਡਾ ਬਿੱਲ ਆਊਗਾ, ਜਿਵੇਂ ਕਿ ਸਰਕਾਰ ਨੇ ਕੀਤਾ ਹੋਇਆ ਵੀ 600 ਯੂਨਿਟ ਤੋਂ ਬਾਅਦ ਜਿਹੜੇ ਯੂਨਿਟਾਂ ਬਲਣਗੀਆਂ ਤੇ ਤੁਹਾਡਾ ਸਾਰਾ ਬਿੱਲ ਆਊਗਾ। ਸੋ ਉਹ ਡਰਨ ਦੀ ਤੁਹਾਨੂੰ ਬਿਲਕੁਲ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਦਾਗ ਜੇ ਵੀ ਪਏ ਆ ਨਾ, ਇਹਨੂੰ ਮੈਂ ਇਸਤੇਮਾਲ ਕੀਤਾ, ਪਹਿਲਾਂ ਇਸਤੇਮਾਲ ਕਰਕੇ ਯੂਨਿਟਾਂ ਸਾਰੀਆਂ ਚੈੱਕ ਕਰਕੇ ਫਿਰ ਆਪਾਂ ਤੁਹਾਡੇ ਕੋਲ ਇਹ ਵੀਡੀਓ ਲੈ ਕੇ ਆਏ ਹਾਂ, ਕਿਉਂਕਿ ਆਪਾਂ ਜਿਹੜੀ ਕੋਈ ਵੀ ਚੀਜ਼ ਨਕਲ ਨਹੀਂ ਲੈ ਕੇ ਆਉਂਦੇ, ਕੋਈ ਵੀ ਚੀਜ਼ ਝੂਠ ਨਹੀਂ ਲੈ ਕੇ ਆਉਂਦੇ, ਆਪਾਂ ਜਿਹੜੀ ਚੀਜ਼ ਇਸਤੇਮਾਲ ਕਰਦੇ ਹਾਂ ਜਿਹਦਾ ਸਾਨੂੰ ਫਾਇਦਾ ਹੁੰਦਾ, ਸੋ ਉਹੀ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਤਾਂ ਕਿ ਜਿਹੜੀ ਚੀਜ਼ ਦਾ ਅਸੀਂ ਫਾਇਦਾ ਚੱਕਦੇ ਹਾਂ ਤੁਸੀਂ ਵੀ ਉਸ ਚੀਜ਼ ਦਾ ਫਾਇਦਾ ਚੱਕ ਸਕਦੇ ਹੋ। ਬਾਕੀ ਹਰ ਇੱਕ ਚੀਜ਼ ਦਾ ਆਪਾਂ ਪ੍ਰੂਫ ਹੀ ਦਿੰਦੇ ਹਾਂ, ਵਿਦ ਪ੍ਰੂਫ ਤੁਹਾਨੂੰ ਇਹ ਆਪਾਂ ਬਿੱਲ ਵੀ ਜਿਹੜਾ ਉੱਪਰ ਤੁਸੀਂ ਦੇਖ ਸਕਦੇ ਹੋ ਉਹ ਸਾਰਾ ਆਪਾਂ ਲਾ ਦਿੱਤਾ ਵੀ 19 ਅਕਤੂਬਰ ਨੂੰ ਸਾਡੀ ਉਹ ਰੀਡਿੰਗ ਲੈ ਕੇ ਗਿਆ ਸੀ, ਤੇ ਹੁਣ 1 ਮਹੀਨਾ ਤੇ 3 ਦਿਨ ਦੀ ਅਸੀਂ ਰੀਡਿੰਗ ਜਿਹੜੀ ਚੈੱਕ ਕੀਤੀ ਆ, ਆਪਣੇ ਯੂਨਿਟਾਂ ਚੈੱਕ ਕੀਤੀਆਂ ਵਾ, ਉਹ ਸਾਰੀਆਂ ਬਲੀਆਂ ਜੀ 115, ਤੇ ਤੁਸੀਂ ਉੱਤੇ ਦੇਖ ਸਕਦੇ ਹੋ ਮੀਟਰ ਦੀ ਵੀ ਫੋਟੋ, ਬਿੱਲ ਦੀ ਵੀ ਫੋਟੋ, ਵੀ ਯੂਨਿਟਾਂ ਵੀ ਜ਼ਿਆਦੀਆਂ ਨਹੀਂ ਬਲਦੀਆਂ। ਵੀ ਜੇ ਤੁਸੀਂ ਕਹੋ ਵੀ 115 ਜਿਹੜੀਆਂ ਯੂਨਿਟਾਂ ਖਰੇ ਇਹਦੀਆਂ ਇਕੱਲੇ ਦੀਆਂ ਬਲੀਆਂ, ਬਿਲਕੁਲ ਨਹੀਂ, ਉਹ 115 ਯੂਨਿਟਾਂ ਦੇ ਵਿੱਚ
ਮੇਰੇ ਕਿਚਨ ਦੇ ਵਿੱਚ ਗੀਜ਼ਰ ਵੀ ਚੱਲਦਾ ਵਾ, ਬਾਕੀ ਸਾਡੇ ਸਾਰੇ ਘਰ ਦੀ ਲਾਈਟ, ਤੁਸੀਂ ਮੇਰਾ ਸਾਰਾ ਘਰ ਵੀ ਦੇਖਿਆ ਵਾ। ਫਿਰ ਉਸ ਤੋਂ ਬਾਅਦ ਜਿਵੇਂ ਦੀਵਾਲੀ ਆ, ਤੁਹਾਨੂੰ ਪਤਾ ਦੀਵਾਲੀ ਤੇ ਸਾਰੀਆਂ ਲੜੀਆਂ ਵਗੈਰਾ ਲਾਈਆਂ ਹੁੰਦੀਆਂ, ਉਹ ਵੀ ਸਾਰੀਆਂ ਚੱਲਦੀਆਂ ਨੇ, ਤੇ ਉਹ ਸਾਰਾ ਕੁਝ ਵਰਤ ਕੇ ਵੀ 1 ਮਹੀਨਾ 3 ਦਿਨਾਂ ਦਾ 115 ਜਿਹੜੀਆਂ ਯੂਨਿਟਾਂ ਬਲੀਆਂ ਨੇ। ਕੋਈ ਜ਼ਿਆਦਾ ਮਹਿੰਗਾ ਇਹਦਾ ਖਰਚਾ ਨਹੀਂ ਬਣਦਾ। ਬਾਕੀ ਆਪਾਂ ਕਿਹੜੀ ਦੁਕਾਨ ਤੋਂ ਲੈ ਕੇ ਆਇਆ, ਇਹ ਕਿੰਨੇ ਦਾ ਵਾ, ਉਹ ਸਾਰਾ ਤੁਸੀਂ ਅੱਗੇ ਵੀਡੀਓ 'ਚ ਦੇਖੋ। ਇਹ ਦੇਖੋ ਜੀ, ਨੋਰਮਲ ਪਲੱਗ 'ਚ ਚੱਲ ਜਾਂਦਾ, ਕੋਈ ਇਹਦੇ ਵਾਸਤੇ ਵੱਡਾ ਪਲੱਗ ਲਿਆਉਣ ਦੀ ਲੋੜ ਨਹੀਂ ਹੈਗੀ। ਤੇ ਇਹਨੂੰ ਆਨ ਆਫ ਆਪਾਂ ਕਿੱਦਾਂ ਕਰਨਾ ਵਾ, ਚਾਹੇ ਕਿਹੜੇ ਕਿਹੜੇ ਫੰਕਸ਼ਨ ਦਾ ਆਪਾਂ ਇਸਤੇਮਾਲ ਕਰਨਾ, ਉਹ ਆਪਾਂ ਸਾਰਾ ਆਪਣੀ ਮਰਜ਼ੀ ਮੁਤਾਬਕ ਕਰ ਸਕਦੇ ਹਾਂ। ਇੱਥੇ ਬਾਰਬੀਕਿਊ ਵਗੈਰਾ ਵੀ ਸਾਰਾ ਕੁਝ ਬਣ ਜਾਂਦਾ ਵਾ। ਹੁਣ ਆਪਾਂ ਇਹਦੇ ਉੱਤੇ ਰੱਖਿਆ ਹੈ ਜੀ ਇਹ ਸਟੀਲ ਦਾ ਪਤੀਲਾ, ਜਿਹਦੇ ਵਿੱਚ ਅਸੀਂ ਉਬਾਲ ਰਹੇ ਹਾਂ ਦੁੱਧ। ਦੁੱਧ ਜਿਹੜਾ ਦੇਖੋ ਉਬਲ ਕੇ ਬਾਹਰ ਵੀ ਨਹੀਂ ਨਿਕਲੂਗਾ, ਵਿੱਚ ਵਿੱਚ ਹੀ ਜਿਹੜਾ ਦੁੱਧ ਨੇ ਰਿੱਝਦਾ ਰਹਿਣਾ ਵਾ। ਕੋਈ ਡਰ ਨਹੀਂ ਹੋਣ ਕਿ ਦੁੱਧ ਉਬਲ ਕੇ ਤੁਹਾਡਾ ਜਿਹੜਾ ਉਹ ਬਾਹਰ ਆ ਜਾਊਗਾ। ਤੇ ਬੜੇ ਆਰਾਮ ਨਾਲ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ, ਇਹਨੂੰ ਘੱਟ ਵੀ ਕਰ ਸਕਦੇ ਹੋ, ਇਹਨੂੰ ਵੱਧ ਵੀ ਕਰ ਸਕਦੇ ਹੋ। ਤੇ ਮੈਂ ਹਰ ਭਾਂਡਾ ਇਹ ਤੇ ਇਸਤੇਮਾਲ ਕਰਕੇ ਦੇਖਿਆ ਸੀ, ਜਿਵੇਂ ਕਿ ਲੋਹੇ ਦਾ ਜਿਹੜਾ ਅੱਪੇ ਸਟੈਂਡ ਸੀਗਾ, ਇਹ ਵੀ ਮੈਂ ਇਹਦੇ ਤੇ ਇਸਤੇਮਾਲ ਕਰਕੇ ਦੇਖਿਆ ਸੀਗਾ ਵੀ ਇਹ ਕਿਤੇ ਇਹਤੇ ਇਸਤੇਮਾਲ, ਯਾਨੀ ਕਿ ਪ੍ਰੋਪਰਲੀ ਤਾਂ ਸੇਕ ਪੈਂਦਾ, ਵਾਕਈ ਬਹੁਤ ਵਧੀਆ, ਕੋਈ ਇਹਦੇ ਤੇ ਜਲ ਨਹੀਂ ਰਿਹਾ ਸੀਗਾ ਕੁਛ ਵੀ ਇਹੋ ਜਿਹੇ। ਜੇ ਤੁਹਾਨੂੰ ਜ਼ਿਆਦਾ ਲੱਗਦਾ ਸੇਕ ਤਾਂ ਤੁਸੀਂ ਇਹਨੂੰ ਘੱਟ ਵੀ ਕਰ ਸਕਦੇ ਹੋ, ਵੱਧ ਵੀ ਕਰ ਸਕਦੇ ਹੋ। ਗੈਸ ਵਾਲਾ ਹੀ ਕੰਮ ਆ, ਮੈਂ ਕਹਿੰਦੀ ਵੀ ਗੈਸ ਨਾਲੋਂ ਵੀ ਵਧੀਆ ਕੰਮ ਆ। ਜਿਹੋ ਜਿਹੇ ਸਾਡੇ ਅੱਪੇ ਗੈਸ ਤੇ ਬਣਦੇ ਸੀ, ਉਹਦੇ ਨਾਲੋਂ ਵੀ ਬੈਸਟ ਜਿਹੜੇ ਅੱਪੇ ਆ ਉਹ ਇੱਥੇ ਬਣੇ ਸੀਗੇ ਇਹਦੇ ਉੱਤੇ। ਤੇ ਸਾਨੂੰ ਜਿਹੜਾ ਵਰਤ ਕੇ ਬਹੁਤ ਹੀ ਜ਼ਿਆਦਾ ਮੈਨੂੰ ਖੁਸ਼ੀ ਹੋਈ ਵੀ ਇੰਨਾ ਵਧੀਆ ਚੀਜ਼ ਆ, ਮੈਂ ਭੁੱਲੀ ਰਹਿ ਗਈ। ਸੋ ਇਸ ਕਰਕੇ ਹੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਭੁੱਲੀ ਇਸ ਕਰਕੇ ਰਹੀ ਕਿ ਜਿਵੇਂ ਆਪਾਂ ਨੂੰ ਚਾਹੀਦਾ ਸੀਗਾ ਵੀ ਹਰ ਭਾਂਡਾ ਆਪਾਂ ਇਸਤੇਮਾਲ ਕਰ ਸਕੀਏ, ਹੁਣ ਆਪਾਂ ਲੋਹੇ ਦਾ ਤਵਾ ਰੱਖਿਆ ਇਹਦੇ ਉੱਤੇ, ਤੌੜੀ ਵੀ ਆਪਾਂ ਅਗਾਂਹ ਅੱਗੇ ਜਾ ਕੇ ਰੱਖਾਂਗੇ, ਉਹ ਤੁਹਾਨੂੰ ਦਿਖਾਵਾਂਗੇ। ਹੁਣ ਜਿਵੇਂ ਬੰਦ ਵਗੈਰਾ ਸਾਰਾ ਆਪਾਂ ਇਹਦੇ ਉੱਤੇ ਸੇਕਦੇ ਪਏ ਹਾਂ। ਤੇ ਹੁਣ ਆਪਾਂ ਚੱਲਦੇ ਹਾਂ ਜੀ ਬਾਜ਼ਾਰ, ਆਪਾਂ ਲੈ ਕੇ ਕਿੱਥੋਂ ਆਏ ਹਾਂ। ਇਹ ਸਾਡੇ ਰੋਪੜ ਸ਼ਹਿਰ ਦੇ ਵਿੱਚ ਦੁਕਾਨ ਆ, ਸਾਡੇ ਜਿਹੜੇ ਇਹ ਨੌਣੀ ਨੇ ਤੇ ਅਸੀਂ ਤੇ ਆਕਾਸ਼ ਦੀ ਨਾਂ ਨਾਲ ਹੀ ਜਾਣਦੇ ਹਾਂ, ਬਾਕੀ ਨਾਂ ਜਿਹੜਾ ਦੁਕਾਨ ਦਾ ਆਪਾਂ ਵਿੱਚ ਦਿੱਤਾ ਹੋਇਆ ਵਾ ਤੁਸੀਂ ਵੇਖ ਸਕਦੇ ਹੋ। ਤੇ ਇਹ ਜਿਹੜਾ ਦੂਸਰਾ ਚੁੱਲ੍ਹਾ ਵਾ ਇਹ ਲੈ ਕੇ ਆਈ ਸੀ ਮੈਂ ਆਪਣੇ ਬ੍ਰਦਰ ਵਾਸਤੇ, ਕਿਉਂਕਿ ਉਹਨੂੰ ਮੈਂ ਜਦੋਂ ਫਾਇਦਾ ਦੱਸਿਆ ਫੋਨ ਤੇ, ਉਹ ਕਹਿੰਦਾ ਵੀ ਤੁਸੀਂ ਮੇਰੇ ਵਾਸਤੇ ਵੀ ਲੈ ਕੇ ਆਇਓ ਜ਼ਰੂਰ। ਤੇ ਜਿਹੜੇ ਉਹਨਾਂ ਦੇ ਚੈਨਲ ਤੇ ਜਾ ਕੇ ਵੇਖ ਸਕਦੇ ਵੀਡੀਓ ਉਹਨਾਂ ਨੇ ਵੀ ਪਾਈ ਆ, ਤੇ ਇਹ ਆਪਾਂ ਕਿੰਨੇ ਦਾ ਇਹ ਦੱਸ ਦੇਣਗੇ ਭਾਜੀ ਤੁਹਾਨੂੰ। ਡਿਲੀਵਰੀ ਕਰ ਦੋਗੇ ਅਗਰ ਸਬਸਕ੍ਰਾਈਬਰ ਤੁਹਾਡੇ ਕੋਲੋਂ ਮੰਗੂਗਾ ਤਾਂ? ਹਾਂਜੀ ਹਾਂਜੀ ਸਰ, ਆਲ ਓਵਰ ਪੰਜਾਬ ਲੈ ਕੇ ਜਿੱਥੇ ਤੱਕ ਵੀ ਪਹੁੰਚ ਹੋ ਸਕਦੀ ਆ ਆਪਾਂ ਡਿਲੀਵਰੀ ਦੇਵਾਂਗੇ ਜੀ। ਹਾਂ, ਤਾਂ ਇਹਦੀ ਕੋਸਟ ਕੀ ਆ? ਜਿੱਦਾਂ ਤੁਸੀਂ ਸਾਨੂੰ ਸਹੀ ਪ੍ਰਾਈਸ ਦਿੱਤਾ ਉਸੇ ਤਰ੍ਹਾਂ ਤੁਸੀਂ ਸਾਨੂੰ ਇਹ ਦੱਸੋ। ਕੋਸਟ ਵੈਸੇ 2800 ਸੀ, ਇਸ ਟਾਈਮ ਆਫਰ ਦੇ ਕਾਰਨ, ਦੀਵਾਲੀ ਆਫਰ ਦੇ ਕਾਰਨ ਤੁਹਾਨੂੰ 2300 ਦਾ ਪਏਗਾ ਵਿਦ ਡਿਲੀਵਰੀ। ਵਿਦ ਡਿਲੀਵਰੀ ਠੀਕ ਹੈ। ਜੇ ਕਿਸੇ ਨੇ ਲੋਕਲ ਨੇ ਲੈਣਾ ਤੁਸੀਂ ਦੁਕਾਨ ਤੇ ਆ ਕੇ ਲੈ ਕੇ ਜਾਵੇ, ਉਹਨੂੰ ਕਿੰਨਾ ਮਿਲੂਗਾ ਇਹ? ਉਹਨੂੰ ਸੇਮ ਹੀ ਰੇਟ ਪਏਗਾ ਜੀ, ਅਸੀਂ ਕੋਈ ਐਕਸਟਰਾ ਚਾਰਜ ਨਹੀਂ ਲੈ ਰਹੇ ਡਿਲੀਵਰੀ ਦੇ, ਆਪਣੇ ਮਾਰਜਨ ਦੇ ਵਿੱਚੋਂ ਹੀ। ਓਕੇ ਓਕੇ ਠੀਕ ਹੈ। ਇਹ ਜੋ ਹੋਰ ਮਾਡਲ ਵੀ ਹੈਗਾ ਘੱਟ ਪੈਸਿਆਂ ਵਾਲਾ? ਹਾਂਜੀ, ਇੱਕ ਮਾਡਲ ਘੱਟ ਰੇਟ ਲੱਗਦਾ, ਉਹਦੇ ਵਿੱਚ ਅਵਲੇ ਹੈਂਡਲ ਨਹੀਂ ਹੋਣਗੇ ਜੀ, ਔਰ ਜਿਹੜਾ ਇਹਦੇ ਵਿੱਚ ਸਾਈਡ ਦੇ ਹੈਂਡਲ ਆ ਉਹ ਵੀ ਨਹੀਂ ਹੋਣਗੇ, ਉਹ ਵੀ ਮਿਲ ਜਾਏਗਾ ਤੁਹਾਨੂੰ, ਉਹ 2100 ਦਾ। ਮਤਲਬ 200 ਰੁਪਏ ਸਸਤਾ ਹੈ। 200 ਰੁਪਏ ਠੀਕ ਹੈ, ਉਹਦੀ ਆਪਾਂ ਫੋਟੋ ਲਾ ਦਾਂਗੇ। ਹਾਂਜੀ, ਤਾਂ ਕਿ ਪਤਾ ਲੱਗ ਜਾਊਗਾ। ਠੀਕ ਹੈ, ਲਓ ਜੀ, ਕਰ ਦਿਓ ਪੈਕ ਡੱਬੇ 'ਚ, ਫਿਰ ਸਾਨੂੰ ਪਸੰਦ ਆਇਆ ਇਹ ਡੱਬੇ 'ਚ ਪੈਕ ਕਰ ਦਿਓ। ਤੋ ਜਿੰਨੇ ਦਾ ਚੁੱਲ੍ਹਾ ਸਾਨੂੰ ਮਿਲਿਆ ਉਹਨੇ ਦਾ ਹੀ ਤੁਹਾਨੂੰ ਮਿਲੂਗਾ, ਐ ਨਹੀਂ ਹੈਗਾ ਵੀ ਸਾਨੂੰ ਘੱਟ ਤੇ ਤੁਹਾਨੂੰ ਵੱਧ। ਆਪਾਂ ਉਹਨਾਂ ਨੂੰ ਪਹਿਲਾਂ ਦੱਸਿਆ ਸੀਗਾ ਵੀ ਸਾਡੇ ਸਬਸਕ੍ਰਾਈਬਰ ਸਾਡੇ ਭੈਣ ਭਰਾਵਾਂ ਵਾਂਗੂ ਹੀ ਆ, ਸੋ ਉਹ ਤੁਹਾਨੂੰ ਰੇਟ ਜਿਹੜਾ ਸਹੀ ਲੱਗੂਗਾ ਤੇ ਇਹਦੇ ਉੱਤੇ ਦੇਖ ਸਕਦੇ ਹੋ ਤੁਸੀਂ। ਆਪਾਂ ਤੌੜੀ ਦਾ ਵੀ ਇਸਤੇਮਾਲ ਕੀਤਾ ਵਾ, ਤੌੜੀ ਤੇ ਵੀ ਜਿਹੜੀ ਚੀਜ਼ ਆ ਬਹੁਤ ਵਧੀਆ ਇੱਥੇ ਪੱਕ ਰਹੀ ਸੀਗੀ। ਘੱਟ ਸੇਕ ਰੱਖਣਾ ਤੁਹਾਡੇ ਕੋਲ ਟਾਈਮ ਤੇ ਇਹਨੂੰ ਘੱਟ ਹੀ ਕਰ ਸਕਦੇ ਹੋ ਤੁਸੀਂ। ਸੋ ਇਹਦੇ ਉੱਤੇ ਮੈਂ ਸਾਗ ਵੀ ਬਣਾਇਆ ਸੀ, ਅੱਜ ਮੈਂ ਦਾਲ ਇਹਦੇ ਉੱਤੇ ਧਰੀ ਆ, ਮੈਨੂੰ ਕੋਈ ਵੀ ਦਿੱਕਤ ਨਹੀਂ ਆਈ ਇਹਦੇ ਉੱਤੇ ਵੀ ਮੈਂ ਪਰੇਸ਼ਾਨ ਹੋਵਾਂ ਵੀ ਇਹ ਚੀਜ਼ ਜਿਹੜੀ ਬਣਦੀ ਨਹੀਂ ਪਈ, ਚਾਹੇ ਸੇਕ ਨਹੀਂ ਲੱਗਦਾ ਪਿਆ, ਚਾਹੇ ਤੁਹਾਨੂੰ ਜਲਦੀ ਆ ਤੇ ਇਹ ਜਿਹੜਾ ਉਹ ਜਲਦੀ ਕੰਮ ਨਹੀਂ ਕਰ ਰਿਹਾ।
ਬਹੁਤ ਹੀ ਜਲਦੀ ਹਰ ਇੱਕ ਚੀਜ਼ ਦਾ ਹੈ ਜਿਹੜਾ ਵਾ ਇਸਤੇਮਾਲ ਤੁਸੀਂ ਇੱਥੇ ਕਰ ਸਕਦੇ ਹੋ, ਚਾਹੇ ਤੁਸੀਂ ਰੋਟੀ ਬਣਾਉਣੀ ਆ, ਚਾਹੇ ਤੁਸੀਂ ਦਾਲ ਬਣਾਉਣੀ ਆ, ਸਾਗ ਬਣਾਉਣਾ ਵਾ, ਕੁਛ ਵੀ। ਅੱਜ ਕੱਲ੍ਹ ਜਿਵੇਂ ਸਰਦੀਆਂ ਵਾ, ਸਾਗ ਦੇ ਉੱਤੇ ਵੀ ਬਹੁਤ ਜਿਹੜੀ ਗੈਸ ਲੱਗਦੀ ਆ, ਸ਼ਲਗਮ ਦੀ ਸਬਜ਼ੀ ਬਣਾਓ ਤਾਂ ਵੀ ਬਹੁਤ ਜਿਹੜੀ ਹੈ ਉਹ ਗੈਸ ਲੱਗਦੀ ਹੈ। ਸੋ ਇਹਦੇ ਉੱਤੇ ਤੁਸੀਂ ਇਸਤੇਮਾਲ ਕਰ ਸਕਦੇ ਹੋ। ਅਤੇ ਬਿਜਲੀ ਦਾ ਜਿਹੜਾ ਖਰਚਾ ਵਾ ਉਹ ਆਪਾਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਵੀ ਬਿਜਲੀ ਦਾ ਖਰਚਾ ਜ਼ਿਆਦਾ ਨਹੀਂ ਹੁੰਦਾ। ਸੋ ਇੱਥੇ ਰੋਟੀ ਵੀ ਬੜੀ ਵਧੀਆ ਬਣ ਰਹੀ ਸੀ, ਤੁਸੀਂ ਦੇਖ ਸਕਦੇ ਹੋ। ਤੇ ਮੈਂ ਹਰ ਇੱਕ ਜਿਵੇਂ ਤੁਹਾਨੂੰ ਦੱਸ ਚੁੱਕੀ ਪਹਿਲਾਂ ਵੀ ਭਾਂਡਾ ਇਸਤੇਮਾਲ ਇੱਥੇ ਕਰ ਚੁੱਕੀ ਹਾਂ, ਤਵੇ ਤੋਂ ਲੈ ਕੇ ਜਿਹੜੀ ਕੜਾਹੀ ਤੱਕ, ਚਾਹੇ ਤੌੜੀ ਤੱਕ, ਵੀ ਮੈਂ ਇਹੋ ਜਿਹੇ ਤੁਹਾਨੂੰ ਪਤਾ ਦੇਸੀ ਭਾਂਡੇ ਵਰਤਦੀ ਹਾਂ ਅਤੇ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਰਿਹਾ। ਅਤੇ ਬਾਕੀ ਇਹਨੂੰ ਆਪਾਂ ਡੇਲੀ ਵਰਤਦੇ ਹਾਂ ਤਾਂ ਹੀ ਇੱਦਾਂ ਦਾ ਹੋਇਆ ਵਾ। ਇੱਧਰ ਇਹਦੇ ਫੰਕਸ਼ਨ ਸਾਰੇ ਲਿਖੇ ਹੋਏ ਨੇ, ਤੁਸੀਂ ਕਿਸੇ ਵੀ ਫੰਕਸ਼ਨ ਦਾ ਇਸਤੇਮਾਲ ਕਰਨਾ ਅਤੇ ਇਹਨਾਂ ਨੂੰ ਤੁਸੀਂ ਟੱਚ ਕਰਕੇ ਕਰ ਸਕਦੇ ਹੋ। ਬਾਕੀ ਇਹਨੂੰ ਘੱਟ ਵੱਧ ਜੇ ਕਰਨਾ ਉਹ ਵੀ ਇਹ ਸਵਿੱਚ ਲੱਗਾ ਆ, ਜੇ ਤੁਹਾਨੂੰ ਵੱਧ ਚਾਹੀਦਾ ਤੁਸੀਂ ਇੱਧਰ ਨੂੰ ਘੁਮਾ ਸਕਦੇ ਹੋ, ਘੱਟ ਚਾਹੀਦਾ ਤੁਸੀਂ ਇੱਧਰ ਨੂੰ ਘੁਮਾ ਸਕਦੇ ਹੋ। ਤੇ ਹੁਣ ਤੁਸੀਂ ਵੀਡੀਓ 'ਚ ਵੇਖ ਚੁੱਕੇ ਹੋਗੇ ਕਿ ਆਪਾਂ ਇਹਦੇ ਉੱਤੇ ਮਿੱਟੀ ਦੇ ਭਾਂਡੇ ਵੀ, ਲੋਹੇ ਦੇ ਭਾਂਡੇ ਵੀ, ਹਰ ਤਰ੍ਹਾਂ ਦਾ ਭਾਂਡਾ ਜਿਹੜਾ ਆਪਾਂ ਇਸਤੇਮਾਲ ਕਰਦੇ ਹਾਂ ਅਤੇ ਕੋਈ ਵੀ ਇਹਦਾ ਜ਼ਿਆਦਾ ਖਰਚਾ ਨਹੀਂ ਹੈਗਾ। ਬਾਕੀ ਕਿੰਨੇ ਦੀ ਉਹ ਸਾਰਾ ਤੁਸੀਂ ਦੁਕਾਨ ਵਾਲਿਆਂ ਤੋਂ ਪਤਾ, ਤੁਹਾਨੂੰ ਆਪਾਂ ਨੰਬਰ ਵੀ ਦੇ ਦਿੱਤਾ ਵਾ, ਤੁਸੀਂ ਮੰਗਾ ਸਕਦੇ ਹੋ, ਕੋਈ ਮਹਿੰਗਾ ਨਹੀਂ ਪੈਂਦਾ। ਉਹਨਾਂ ਨੇ ਡਿਲੀਵਰੀ ਚਾਰਜ ਵੀ ਜਿਹੜੇ ਵੱਖਰੇ ਨਹੀਂ ਲਾਏ ਹੈਗੇ, ਕਿਉਂਕਿ ਉਹ ਸਾਡੇ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਗੱਲ ਨਹੀਂ ਹੈ, ਜੇ ਤੁਹਾਡੇ ਜਿਹੜੇ ਸਬਸਕ੍ਰਾਈਬਰ ਜੇ ਸਾਡੇ ਕੋਲ ਮੰਗਾਉਂਦੇ ਨੇ ਤੇ ਅਸੀਂ ਉਹਨਾਂ ਨੂੰ ਕੋਈ ਵੀ ਚਾਰਜ ਨਹੀਂ ਲਾਵਾਂਗੇ। ਸੋ ਤੁਸੀਂ ਬਿਨਾਂ ਡਰੇ ਇਹ ਚੀਜ਼ ਮੰਗਾ ਸਕਦੇ ਹੋ, ਫਾਇਦੇ ਦਾ ਸੌਦਾ ਵਾ। ਆਪਾਂ ਫਾਇਦਾ ਚੱਕ ਰਹੇ ਹਾਂ, ਤੁਸੀਂ ਵੀ ਇਸ ਚੀਜ਼ ਦਾ ਫਾਇਦਾ ਚੱਕੋ। ਬਾਕੀ ਤੁਸੀਂ ਇਹਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਆਪਣੇ ਜਿਹੜੇ ਮੀਟਰ ਦੀਆਂ ਜੁੰਟਾਂ ਦੇਖ ਲਿਓ, ਕਿਉਂਕਿ ਕਈ ਲੋਕ ਬਹੁਤ ਹੀ ਓਵਰ, ਜਿਵੇਂ ਲਾਈਟਾਂ ਹਰ ਕਮਰੇ ਦੀਆਂ ਜਗਦੀਆਂ ਰਹਿੰਦੀਆਂ ਜਾਂ ਕੁਛ, ਜੇ ਸਾਨੂੰ ਸਰਕਾਰ ਨੇ ਇਸ ਚੀਜ਼ ਦਾ ਫਾਇਦਾ ਦਿੱਤਾ ਵਾ ਤੇ ਉਹਦਾ ਆਪਾਂ ਨੂੰ ਫਾਇਦਾ ਵੀ ਚੱਕਣ ਦਾ ਤਰੀਕਾ ਹੋਣਾ ਚਾਹੀਦਾ। ਜੇ ਤੁਹਾਡੀਆਂ ਜੁੰਟਾਂ ਪਹਿਲਾਂ ਹੀ ਸਿਸੋ ਦੇ ਉੱਪਰ ਜਾ ਰਹੀਆਂ, ਫਿਰ ਤੁਸੀਂ ਇਹਦਾ ਇਸਤੇਮਾਲ ਨਾ ਕਰਿਓ ਜੇ, ਤੇ ਜੇ ਤੁਹਾਡੀਆਂ ਜੁੰਟਾਂ ਜਿਹੜੀਆਂ ਉਹ ਓਵਰ ਨਹੀਂ ਜਾ ਰਹੀਆਂ, ਜੇ ਆਪਾਂ ਦਿਮਾਗ ਨਾਲ ਚੱਲੀਏ, ਦੇਖੋ ਕੋਈ ਵੀ ਹੁਣ ਪੈਸਾ ਵਾ, ਭਾਵੇਂ ਤੁਸੀਂ ਲੱਖਾਂ ਡਾਲੋ ਤੇ ਭਾਵੇਂ ਤੁਸੀਂ ਲੱਖਾਂ ਬਚਾ ਵੀ ਲਓ ਆਪਣੀ ਬਚਤ ਕਰ ਕਰਕੇ, ਸੋ ਉਸੇ ਤਰ੍ਹਾਂ ਇਹ ਵੀ ਚੀਜ਼ ਆ, ਜੇ ਤੁਸੀਂ ਉਸ ਚੀਜ਼ ਦੀ ਬਿਜਲੀ ਦੀ ਬਚਤ ਕਰਦੇ ਹੋ ਤੇ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ, ਮਹਿੰਗੇ ਸਿਲੰਡਰਾਂ ਦੇ, ਗੈਸ ਤੋਂ ਜਿਹੜੇ ਖਰਚੇ ਤੋਂ ਬਚ ਸਕਦੇ ਹੋ। ਸੋ ਅਸੀਂ ਇਸ ਚੀਜ਼ ਨੂੰ ਵਰਤਦੇ ਹਾਂ, ਅਸੀਂ ਬਹੁਤ ਹੀ ਉਦਣ ਦੇ ਸੌਖੇ ਆ, ਵਧੀਆ ਲੱਗਦਾ ਸਾਨੂੰ। ਸੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਤੁਸੀਂ ਸਾਡੀ ਫੈਮਿਲੀ ਹੋ ਤੇ ਆਪਾਂ ਜਿਹੜੇ ਫੈਮਿਲੀ ਨਾਲ ਸ਼ੇਅਰ ਕੀਤਾ ਵਾ, ਜਿਵੇਂ ਆਪਾਂ ਨੂੰ ਕੋਈ ਚੰਗੀ ਚੀਜ਼ ਲੱਗਦੀ ਤੇ ਆਪਾਂ ਮਾਸੀ ਫੁੱਫੀ ਨੂੰ ਕੋਈ ਦੱਸਦੇ ਹਾਂ ਨਾ ਵੀ ਭੂਆ ਜੀ ਤੁਸੀਂ ਵੀ ਆਹ ਚੀਜ਼ ਲਿਆਓ, ਬੜੀ ਜਿਹੜੀ ਉਹ ਫਾਇਦੇਮੰਦ ਆ। ਸੋ ਇਸੇ ਤਰ੍ਹਾਂ ਮੈਂ ਤੁਹਾਡੇ ਨਾਲ ਜਿਹੜੀ ਸ਼ੇਅਰ ਕਰ ਰਹੀ ਹਾਂ, ਸੋ ਇਹ ਨਿੱਕੀ ਜਿਹੀ ਵੀਡੀਓ ਜੇ ਚੰਗੀ ਲੱਗੀ ਤੇ ਇਹਦਾ ਫਾਇਦਾ ਜ਼ਰੂਰ ਚੱਕਿਓ ਜੇ। ਬਾਕੀ ਅਗਲੀਆਂ ਵੀਡੀਓ ਜਿਹੜੀ ਆਪਾਂ ਜਲਦੀ ਲੈ ਕੇ ਆਵਾਂਗੇ, ਹੁਣ ਸਾਰੇ ਜਿਹੜੇ ਵਲੌਗ ਉਹ ਆਪਾਂ ਘਰ ਦੇ ਹੀ ਬਣਾਵਾਂਗੇ, ਪਹਿਲਾਂ ਆਪਾਂ ਜਿਵੇਂ ਟੂਰ ਦੇ ਵਲੌਗ ਬਣਾਉਂਦੇ ਸੀਗੇ। ਸੋ ਜੇ ਵਲੌਗ ਚੰਗੇ ਲੱਗੇ ਲਾਈਕ ਸ਼ੇਅਰ ਜਿਹੜੇ ਉਹ ਕਰ ਦਿਓ, ਜੇ ਪਿਛਲੇ ਵੀ ਜਿਹੜੀਆਂ ਹੁਣ ਖਾਣੇ ਵਾਲੀਆਂ ਸਾਰੀਆਂ ਵੀਡੀਓ ਆਉਣਗੀਆਂ, ਜਿਵੇਂ ਤੁਹਾਨੂੰ ਪਤਾ ਸਰਦੀਆਂ ਆਪਾਂ ਜਲਦੀ ਪੰਜੀਰੀ ਪੰਜੂਰੀ ਬਣਾਵਾਂਗੇ, ਕਈ ਕੁਛ ਬਣਾਵਾਂਗੇ, ਉਹ ਆਪਾਂ ਸਾਰਾ ਤੁਸੀਂ ਉਹਨਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਸੋ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੇ ਨਾ ਹੀ ਭੁੱਲਿਓ ਜੀ ਬੈਲ ਬਟਨ ਦਬਾਉਣਾ, ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਸੋ ਇਸ ਵੀਡੀਓ ਤੇ ਇੱਥੇ ਕਰਦੇ ਜੀ ਐਂਡ, ਤੇ ਮਿਲਦੇ ਇੱਕ ਨਵੀਂ ਵੀਡੀਓ, ਤਦ ਤੱਕ ਲਈ ਬਾਏ।